ਤੇ ਇਹਨਾਂ ਦਾ ਮੇਨ ਬਰੀਫਿੰਗ ਇਹ ਹੀ ਹੈ ਕਿ ਰਾਤ ਵੇਲੇ ਇਹਨਾਂ ਦੀ ਗਸ਼ਤ ਇੱਥੇ ਹੋਊਗੀ ਤੇ ਜਿਹੜੇ ਵੀ ਸਸਪੀਸ਼ੀਅਸ ਬੰਦੇ ਨੇ ਉਹਨਾਂ ਦੀ ਕੁਐਸਚਨਿੰਗ ਹੋਊਗੀ ਜਿਹੜੇ ਸਾਡੇ ਬਿਜ਼ਨਸਮੈਨ ਫਰੈਂਡਸ ਨੇ ਉਹਨਾਂ ਦੀ ਵੀ ਪਿੱਛੇ ਡਿਮਾਂਡ ਸੀਗੀ ਕਿ ਇੱਥੇ ਇੱਕ ਬੈਟਰ ਪੈਟਰੋਲਿੰਗ ਇੱਥੇ ਹੋਰ ਹੋਣੀ ਚਾਹੀਦੀ ਹੈ ਤੇ ਇੱਕ ਰਿਸਪੌਂਸਿਵ ਪੁਲਿਸ ਫੋਰਸ ਦੀ ਜਿਹੜੀ ਉਹ ਡਿਮਾਂਡ ਕਰਦੇ ਸੀ ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਬਿਗ ਡੈਟਰੈਂਟ ਤੇ ਆਪਾਂ ਇੱਕ ਜਿਹੜੀ ਹੈਗੀ ਪ੍ਰੋਐਕਟਿਵ ਪੁਲਿਸਿੰਗ ਦਾ ਐਗਜ਼ਾਮਪਲ ਆਪਾਂ ਸੈੱਟ ਕਰਨਾ ਚਾਹੀਦਾ ਅਮਰਸਰ ਦੇ ਇੰਡਸਟਰੀ ਏਰੀਆ ਨੂੰ ਹੁਣ ਇੱਕ ਨਵੀਂ ਫੋਰਸ ਮਿਲਣ ਜਾ ਰਹੀ ਹੈ ਜਿਹਦੇ ਵਿੱਚ ਕੀ ਦੋ ਮੋਟਰਸਾਈਕਲ ਜਰੇ ਨੇ ਸਪੈਸ਼ਲੀ ਔਰ ਇਸ ਦੇ ਇਲਾਵਾ ਹੋਰ ਵੀ ਗੱਡੀਆਂ ਮਿਲਣਗੀਆਂ ਜਿਹੜੀਆਂ ਕੀ ਇਹ ਪੂਰੇ ਇਲਾਕੇ ਨੂੰ ਜਿਹੜਾ ਹੈ ਦੇਖਣ ਗਿਆ ਤਾਂ ਇਸ ਵੇਲੇ ਅਮਰਸਰ ਤੋਂ ਇਸ ਦੀ ਰਵਾਣਗੀ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਅਧਿਕਾਰੀਆਂ ਵੱਲੋਂ ਖਾਸ ਤੌਰ ਤੇ ਅਮਰਸਰ ਦੇ ਫੋਕਲ ਪੁਆਇੰਟ ਏਰੀਆ ਜਿਹੜਾ ਪੈਂਦਾ ਹੈ ਉਸ ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਹੈ ਸਾਡੇ ਨਾਲ ਮੈਮ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੋਗੇ ਅੱਜ ਇਸ ਦੀ ਸ਼ੁਰੂਆਤ ਕੀਤੀ ਹੈ ਕੀ ਮਕਸਦ ਰਹੇਗਾ ਦੇਖਿਓ ਜੀ ਇਹ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਇ ਤੇ ਸੋਸ਼ਰ ਇਨਸ਼ੋਰ ਐਂਡ ਇਨਸਟਿਲ ਅ ਸੈਂਸ ਆਫ ਸਿਕਿਉਰਿਟੀ ਜਿਹੜੇ ਸਾਡੇ ਬਿਜ਼ਨਸmen ਫਰੈਂਡਸ ਨੇ ਉਹਨਾਂ ਦੀ ਵੀ ਪਿੱਛੇ ਡਿਮਾਂਡ ਸੀਗੀ ਕਿ ਇੱਥੇ ਇੱਕ ਬੈਟਰ ਪੈਟਰੋਲਿੰਗ ਇੱਥੇ ਹੋਰ ਹੋਣੀ ਚਾਹੀਦੀ ਹੈ ਤੇ ਇੱਕ ਰਿਸਪੌਂਸਿਵ ਪੁਲਿਸ ਫੋਰਸ ਦੀ ਜਿਹੜੀ ਉਹ ਡਿਮਾਂਡ ਕਰਦੇ ਸੀ ਉਹਦੇ ਰਿਗਾਰਡਿੰਗ ਵਰਦੀ ਸੀਪੀ ਸਰ ਦੀ ਡਾਇਰੈਕਸ਼ਨਸ ਹੇਠ ਅੱਜ ਦੋ ਮੋਟਰਸਾਈਕਲਸ ਹੋਰ ਇੱਥੇ ਪੈਟਰੋਲਿੰਗ ਵਾਸਤੇ ਆਗਮੈਂਟ ਕੀਤੇ ਗਏ ਨੇ ਐਂਡ ਜਿਵੇਂ ਕਿ ਮੇਰੀ ਪਹਿਲਾਂ ਇਹਨਾਂ ਨਾਲ ਗੱਲ ਹੋ ਰਹੀ ਸੀ एवरीवन ਇਜ਼ ਵੈਰੀ ਹੈਪੀ ਹੇਅਰ ਐਂਡ ਦੇ ਆਰ ਸੇਇੰਗ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨਾ ਰਿਸਪੌਂਸ ਤੇ ਇੰਨਾ ਸਵਿਫਟ ਰਿਸਪੌਂਸ ਪੁਲਿਸ ਵੱਲੋਂ ਇੱਥੇ ਜਿੰਨੀ ਵੀ ਐਸੋਸੀਏਸ਼ਨਸ ਨੇ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਮਿਲ ਰਾਇ ਹੈ ਜੀ ਮੈਮ ਇਹ ਕੀ ਇਹਨਾਂ ਦੀ ਕੀ ਕਾਰਗੁਜ਼ਾਰੀ ਕੀ ਰਹੇਗੀ ਕਿਵੇਂ ਕੰਮ ਕਰਨਗੇ ਕੀ ਕਰਨਗੇ ਦੇਖਿਓ ਜੀ ਇਹ ਜਿਹੜੀ ਦੋ ਪੈਟਰੋਲ ਮੋਟਰਸਾਈਕਲ ਪੈਟਰੋਲਸ ਹੈ ਇਹ ਜਿੰਨੀ ਇੱਥੇ ਪੀਸੀਆਰ ਗੱਡੀਆਂ ਲੱਗੀਆਂ ਹੋਈ ਨੇ ਆਰਟੀਗਾ ਗੱਡੀਆਂ ਲੱਗੀਆਂ ਹੋਈ ਨੇ ਐਸਐਚਓਜ਼ ਆਪੇ ਵੀ ਨਿਕਲਦੇ ਨੇ ਮੌਕੇ ਤੋਂ ਬਟ ਇਹ ਜਿਹੜੀ ਦੋ ਮੋਟਰਸਾਈਕਲਸ ਨੇ ਇਹ ਸਪੈਸੀਫਿਕਲੀ ਫੋਕਲ ਪੁਆਇੰਟ ਏਰੀਆ ਨੂੰ ਜਿਹੜਾ ਹੈਗਾ ਸਪਲੀਮੈਂਟ ਕਰਨਗੀ ਤੇ ਇਹਨਾਂ ਦਾ ਮੇਨ ਬਰੀਫਿੰਗ ਇਹ ਹੀ ਹੈ ਕਿ ਰਾਤ ਵੇਲੇ ਇਹਨਾਂ ਦੀ ਗਸ਼ਤ ਇੱਥੇ ਹੋਊਗੀ ਤੇ ਜਿਹੜੇ ਵੀ स्पेशियस बंदे ने उन आधी क्वेश्चनिंग होगी ताकि ਜਿਹੜੀ ਲੋਕਲ ਸਟਰੀਟ ਕ੍ਰਾਈਮ ਹੈ ਉਹਦੇ ਅਗੇਂਸਟ ਇੱਕ ਸਟ੍ਰਿਕਟ ਮੈਸੇਜ ਅ ਦਿੱਤਾ ਜਾ ਸਕਿਆ ਅਕਸਰ ਕਾਫੀ ਚੋਰੀ ਦੀ ਘਟਨਾਵਾਂ ਸਾਹਮਣੇ ਆਈਆਂ ਸੀ ਉਸ ਨੂੰ ਲੈ ਕੇ ਇੱਕ ਨਵਾਂ ਪ੍ਰਾਲਾ ਦੇਖਿਓ ਜੀ ਜਿੰਨੀ ਵੀ ਚੋਰੀ ਦੇ ਘਟਨਾਵਾਂ ਆਈਆਂ ਹੈਗੀਆਂ ਉਹਨਾਂ ਨੂੰ ਟ੍ਰੇਸ ਵੀ ਕੀਤਾ ਗਿਆ ਤੇ ਬਹੁਤ ਬੰਦੇ ਵੀ ਫੜੇ ਗਏ ਐਂਡ ਯੈਸ ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਬਿਗ ਡੈਟਰੈਂਟ ਤੇ ਆਪਾਂ ਇੱਕ ਜਿਹੜੀ ਹੈਗੀ ਪ੍ਰੋਐਕਟਿਵ ਪੁਲਿਸਿੰਗ ਦਾ ਐਗਜ਼ਾਮਪਲ ਆਪਾਂ ਸੈੱਟ ਕਰਨਾ ਚਾਹੁੰਦੇ ਹਾਂ ਨਵੀਂ ਪੁਲਿਸਿੰਗ ਇੱਕ ਤਰ੍ਹਾਂ ਦੀ ਕਿਉਂਕਿ ਪਹਿਲੇ ਅਕਸਰ ਦੇਖਦੇ ਹਾਂ ਕਿ ਰਾਤ ਨੂੰ ਲੋਗ ਇਹੋ ਹੀ ਕਹਿੰਦੇ ਸੀ ਕਿ ਗਸ਼ਤ ਨਹੀਂ ਹੁੰਦੀ ਮੁਲਾਜ਼ਮ ਨਹੀਂ ਹੁੰਦੇ ਜਿਸ ਕਰਕੇ ਵਾਰਦਾਤਾਂ ਹੁੰਦੀਆਂ ਪੁਲਿਸ ਨੂੰ ਲੱਭਣਾ ਔਖ ਔਰ ਮੁਲਾਜ਼ਮ ਵੀ ਸਾਡੇ ਵਿਜੀਬਲ ਪੁਲਿਸਿੰਗ ਰਾਤ ਵੇਲੇ ਹੁੰਦੀ ਹੈ ਐਂਡ ਬਟ ਐਸ ਯੂ ਕੈਨ ਸੀ ਅੰਮ੍ਰਿਤਸਰ ਇਜ਼ ਅ ਵੈਰੀ 빅 ਸਿਟੀ ਤੋ ਇਹ ਜਿਹੜੀ ਇੱਕ ਸਪੈਸੀਫਿਕ ਸਾਡੇ ਕੋਲ ਸਜੈਸ਼ਨ ਆਈ ਸੀਗੀ ਤੇ ਜਨਰਲ ਪਬਲਿਕ ਦੇ ਵੀ ਜਿਹੜੀ ਡਿਮਾਂਡ ਸੀਗੀ ਕਿ ਇਸ ਏਰੀਆ ਨੂੰ ਪਾਰਟਿਕੂਲਰ ਜਿਹੜਾ ਹੈਗਾ ਇੱਕ ਸਪਲੀਮੈਂਟ ਕੀਤਾ ਜਾਏ ਉਹਦੇ ਰਿਗਾਰਡਿੰਗ ਸੀਪੀ ਸਰ ਦਾ ਬਹੁਤ ਵਧੀਆ ਉਪਰਾਹ ਲਾਜੀ ਕਿੰਨਾ ਕੁ ਫਾਇਦਾ ਮਿਲੇਗਾ ਖਾਸ ਕਰਕੇ ਏਰੀਆ ਜਿਹਦੇ ਸਰਾਊਂਡਿੰਗ ਏਰੀਆਜ਼ ਨੇ ਕਿਉਂਕਿ ਜਦੋਂ ਹੂਟਰ ਵੱਜੇਗਾ ਜਾਂ ਕਿਸ ਤਰ੍ਹਾਂ ਹੋਏਗਾ ਤਾਂ ਲੋਕਾਂ ਦੇ ਅੰਦਰ ਇੱਕ ਤਾਂ ਦਾ ਡਰ ਵੀ ਬੈਠਦਾ ਹੈ ਦੇਖਿਏ ਕ੍ਰਿਮੀਨਲ ਜਿਹੜਾ ਹੁੰਦਾ ਹੈ ਉਹ ਉਹਨੂੰ ਪੁਲਿਸ ਦਾ ਡਰ ਹੋਣਾ ਚਾਹੀਦਾ ਹੈ ਐਂਡ ਰਾਤ ਵੇਲੇ ਜਦੋਂ ਪੁਲਿਸ ਬਾਹਰ ਹੋਊਗੀ ਐਂਡ ਐਸ ਯੂ ਹੈਵ ਆਲਰੇਡੀ ਸੈਡ ਕਿ ਜਦੋਂ ਹੂਟਰ ਵੱਜੂਗਾ ਤੇ ਉਹਨਾਂ ਦੀ ਇਸ ਇਲਾਕੇ ਚ ਪ੍ਰੈਜ਼ੈਂਸ ਹੋਊਗੀ ਤਾਂ ਕ੍ਰਿਮੀਨਲ ਉਹ ਇਲਾਕੇ ਛੱਡ ਦਿੰਦੇ ਜੀ ਕਿੰਨੇ ਲੋਕ ਡਿਪਲੋਏ ਕੀਤੇ ਗ ਦੀ ਰੈਗੂਲਰ ਡਿਪਲੋਇਮੈਂਟ ਹੈ ਉਸ ਤੋਂ ਵੱਧ ਕੇ ਦੋ ਹੋਰ ਮੋਟਰਸਾਈਕਲਸ ਜਿਹੜੀ ਹੈਗੇ ਉਹ ਡਿਪਲੋਏ ਕੀਤੀਆਂ ਨੇ ਹੋਰ ਵੀ ਇੱਥੇ ਵਧਾਇਆ ਜਾਏਗਾ ਅਗਰ ਜ਼ਰੂਰਤ ਪਈ ਤੇ ਦੇਖਿਓ ਜਿਹੜੀ ਵੀ ਸੁਜੈਸ਼ਨ ਸਾਡੇ ਕੋਲ ਆਣ ਗੀਆਂ ਸਾਡੀ ਰੈਗੂਲਰ ਮੀਟਿੰਗਸ ਚੱਲਦੀ ਪਈਆਂ ਹੈ ਇੱਥੇ ਜਿਹੜੇ ਬਿਜ਼ਨਸ ਐਸਟੈਬਲਿਸ਼ਮੈਂਟਸ ਹੈ ਉਹਨਾਂ ਨਾਲ ਵੀ ਤੇ ਪੁਲਿਸ ਔਰ ਪਬਲਿਕ ਦਾ ਇੱਕ ਬਹੁਤ ক্লোਜ਼ ਕੋਆਪਰੇਸ਼ਨ ਚੱਲਦਾ ਪਿਆ ਨੀਡ ਬੇਸਡ ਪੁਲਿਸਿੰਗ ਤੇ ਆਪਾਂ ਫੋਕਸ ਕਰ ਰਹੇ ਹਾਂ ਉਹਨਾਂ ਨੇ ਵੀ ਕabhi ਥੈਂਕਸ ਕੀਤਾ ਸੀ ਯੈਸ ਯੂ ਕੈਨ ਟੇਕ देयर ਬਾਈਟ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੰਡਸਟਰੀਅਲ ਜਿਹੜਾ ਹੈ ਗਿਆ ਕਿ ਇੱਕ ਨਵੀਂ ਜੀ ਸਰ ਕੀ ਮੁਸ਼ਕਿਲਾਂ ਆਉਂਦੀਆਂ ਸੇ ਤੁੰਦ ਫੋਕਲ ਪੁਆਇੰਟ ਦੇ ਵਿੱਚ ਕਾਫੀ ਫੈਕਟਰੀਆਂ ਵਾਂ ਜਿਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਾਫੀ ਵੱਧ ਚੁੱਕੀਆਂ ਦੀਆਂ ਸੀਗੀਆਂ ਤੇ ਉਸ ਚੋਰੀ ਦੀਆਂ ਵਾਰਦਾਤਾਂ ਨੂੰ ਠੀਕ ਕਰਨ ਵਾਸਤੇ ਸਾਡੇ ਪ੍ਰਧਾਨ ਸੰਦੀਪ ਕੋਸਲਾ ਜੀ ਨੇ ਏਡੀਸੀ ਪਾਨ ਸਾਹਿਬ ਨੂੰ ਕਿਹਾ ਸੀਗਾ ਵੀ ਸਾਡੇ ਫੋਕਲ ਪੁਆਇੰਟ ਦੇ ਵਿੱਚ ਪੈਟਰੋਲਿੰਗ ਹੋਣੀ ਚਾਹੀਦੀ ਆ ਤੇ ਉਹ ਇਹਨਾਂ ਨੇ ਅੱਜ ਇਹ ਪੈਟਰੋਲਿੰਗ ਦੇ ਦੋ ਮੋਟਰਸਾਈਕਲ ਇੱਥੇ ਫੋਕਲ ਪੁਆਇੰਟ 'ਚ ਕੀਤੇ ਆ ਤੇ ਉਹਦੇ ਨਾਲ ਸਾਨੂੰ ਉਮੀਦ ਆ ਪੀ ਕਾਫੀ ਚੋਰੀਆਂ ਜਿਹੜੀਆਂ ਆ ਰੁਕੂਗੀਆਂ ਕਿਸ ਤਰ੍ਹਾਂ ਦੀ ਛੁੱਟ ਛੁੱਟ ਛੋਟੀ ਚੋਰੀਆਂ ਹੁੰਦੀਆਂ ਕਿਸੇ ਵੇਲੇ ਕੋਈ ਸਮਾਨ ਚੁੱਕ ਕੇ ਲੈ ਜਾਂਦਾ ਕੁਝ ਲੈ ਜਾਂਦਾ ਛੋਟੀਆਂ ਚੋਰੀਆਂ ਨੇ ਜੀ ਹਰ ਫੈਕਟਰੀ ਦੇ ਆਫਿਸ ਤੋਂ ਐਲ ਸੀ ਡੀ ਉਤਾਰੀਆਂ ਜਾਂਦੀਆਂ ਨੇ ਔਰ ਲੈਪਟਾਪ ਚੁੱਕ ਕੇ ਲੈ ਜਾਂਦੇ ਨੇ ਕੋਈ ਪੈਸੇ ਲੈ ਜਾਂਦੇ ਨੇ ਲੋਕਾਂ ਨੂੰ ਚੁੱਕ ਕੇ ਔਰ ਇਹਦੇ ਨਾਲ ਦੇਖੋ ਕਾਫੀ ਇਫੈਕਟ ਪੈਂਦਾ ਹੈ ਕਿਉਂਕਿ ਜਿਹੜੀ ਸਾਡੀ employees ਨੇ ਉਹ ਵੀ ਕੰਮ ਕਰਕੇ ਰਾਜੀ ਨਹੀਂ ਕਿਉਂਕਿ ਉਹਨਾਂ ਨੂੰ ਵੀ ਡਰਦਾ ਇੱਕ ਮਾਹੌਲ ਜਿਆ ਬਣ ਗਿਆ ਸੀਗਾ ਕਿ ਲੈ ਵੀ ਇੱਥੇ ਰੋਜ਼ ਚੋਰੀਆਂ ਹੁੰਦੀਆਂ ਨੇ ਤੇ ਸਾਨੂੰ ਵੀ ਰਾਤ ਬਰਾਦ ਜਾਂਦੇ ਕਿਤੇ ਕੋਈ ਨਾ ਕੁਛ ਨਾਲ ਕੋਈ ਮਾਰੀ ਘਟਨਾ ਨਾ ਵਾਪਰ ਦੇ ਔਰ ਉਹਦੇ ਕਰਕੇ ਫਿਰ ਅਸੀਂ ਆਪਣਾ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦਾ ਬਖਦ ਸੀਪੀ ਸਾਹਿਬ ਨੂੰ ਅਸੀਂ ਮਿਲੇ ਔਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਔਰ ਮੈਡਮ प्रज्ञा ज्ञान एडीसीपी ਸਾਡੇ ਕੋਲ ਇੱਥੇ ਆਏ ਔਰ ਉਹਨਾਂ ਨੇ ਆਨ ਕੇ ਫਿਰ ਸਾਰਾ ਦੇਖਿਆ ਔਰ ਸਾਡੇ ਵੀ ਸੁਝਾਸ਼ਨ ਲਏ ਔਰ ਉਹਨਾਂ ਨੇ ਆਪਣੇ ਵੀ ਉਹਦੇ ਮੁਤਾਬਿਕ ਉਹਨਾਂ ਨੇ ਬੜੇ ਅਫਰਟਸ ਲੜਾਏ ਹਾਂਜੀ ਹਾਂ ਨੰਬਰ ਵੀ ਉਹਨਾਂ ਨੇ ਦਿੱਤੇ ਨੇ ਆਪਣੇ ਔਰ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਵੀ ਕੋਈ ਬੰਦਾ ਲੱਭਦਾ ਤੇ ਤੁਸਾਨੂੰ ਦੱਸੋ ਅਸੀਂ ਉਹਨਾਂ ਨੂੰ ਹਾਂ 24 ਘੰਟੇ ਔਰ ਔਰ ਉਹਦਾ ਨਤੀਜਾ ਹੀ ਨਿਕਲੇਗਾ ਅੱਜ 3-4 ਦਿਨ ਤੋਂ ਰੋਈ ਰਾਤ ਨੂੰ ਹੂਟਰ ਬਰਾਬਰ ਵੱਜ ਰਹੇ ਨੇ ਔਰ ਇਦੇ ਵਿੱਚ ਫਰਕ ਮੈਂ ਸਮਝਦਾ ਕੋਈ ਨਾ ਕੋਈ ਫਰਕ ਜ਼ਰੂਰ ਪਏਗਾ ਤਾਂ ਬਿਲਕੁਲ 24 ਘੰਟੇ ਜਿਹੜੀ ਹੈ ਖਾਸ ਕਰਕੇ ਰਾਤਵੇਲੇ ਜਰਾ ਹੈ ਇਹ ਸੇਵਾ ਰਹੀਗੀ ਜਦੇ ਵਿੱਚ ਕਿ ਲੋਕ ਜਿਹੜੇ ਨੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਅਕਸਰ ਇੱਕ ਇਲਾਕੇ ਨੂੰ ਇੱਕ ਪਾਰਟਿਕੂਲਰ ਇੱਕ ਇਲਾਕੇ ਦਾ ਗ੍ਰੇਡੀਅੰਸ ਬਣਾ ਕੇ ਉੱਥੇ ਪੈਟਰੋਲਿੰਗ ਕੀਤੀ ਜਾਏਗੀ ਤਾਂ ਹੁਣ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਸਪੈਸ਼ਲ ਫੋਰਸ ਤਾਇਨਾਤ ਕੀਤੀ ਗਈ ਹੈ ਦੇਖਣਾ ਹੋਏਗਾ ਉਹਨਾਂ ਕਾਮਯਾਬੀ ਕਿੰਨੀ ਮਿਲਦੀ ਹੈ ਔਰ ਕਿੰਨੀਆਂ ਵਾਰਦਾਤਾ ਤੇ ਠੱਲ ਪੈਂਦੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਨਾਂ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ